हे रब्बा तेन तो पता ही मैं सोनाली कि प्यार करता बस अज मेरी गल बना दी। हाँ जी दसो जी। मैडम जी मेरा दिल ना जमा बच्चा हो गया जी। मेरे कहने का मतलब मेरा दिल कच्चा कच्चा जा हो रहा जी। कमाल है, कल तक तो औरतों को ही दिक्कत आती थी, हुन बंदियां नु भी आने लग गई। होवे नहीं जी, इशारे समझा करो। इशारे समझन नु तुसी ट्रैफिक लाइट हो? नहीं जी, मुझे ना आपने रब दिखता है। ऐसा क्यों? तुसी डॉक्टर हो ना, डॉक्टर तो रब दा रूप ही हुंदे ने। डॉक्टर नहीं, नर्स। गुड मॉर्निंग डॉक्टर साहब। गुड मॉर्निंग। हाँ जी, ए ने डॉक्टर। हैं? रब दा रूप एहो जा नहीं हो सकदा? नहीं, रब दे रूप नु होर मैं मुकुट पा के आ जावां? कमाल है, तकलीफ दसो अपनी। की दसा डॉक्टर साहब, मेरा दिल कितने लगता ही नहीं, चारे पासे मैनू सदाली जी दिसदे ने। पैर मलो जोरी तुहाडे क्लीनिक वल नू खिच्चे आउंदे ने, सौण वेले उठण वेले कितने भी जाना मेरे पैर। एक मिनट, मैडिकल साइंस दे हिसाब नाल बहुत वड्डी बीमारी है, मैं तुहानू दस रहा। पर इहदा इलाज बहुत सौखा है। की है सर? जरूर बननी हो, ठीक है? फूलों का तारों का सबका कहना है, 1000 में मेरी बहना है। डॉक्टर साहब इनू क्यों है? सुना इहदा इलाज हो गया। ਸੁਣਲੀ ਗੱਲ ਦੱਸ, ਤੂੰ ਜ਼ਿਆਦਾ ਚਿੱਟੀ ਆ ਕਿ ਤੇਰੀ ਡਰੈਸ? ਕਿਹੜਾ ਵਾਸ਼ਿੰਗ ਪਾਊਡਰ ਯੂਜ਼ ਕਰਦੀ ਤੂੰ? ਡਾਕਟਰ ਸਾਹਿਬ ਅੰਦਰ ਆ ਜਾ। ਉਹ ਬਸ ਬਸ ਪਤੰਦਰਾ, ਹੋਰ ਅੰਦਰ ਨਾ ਆ ਜੀ ਕਿਤੇ, ਅਸੀਂ ਸਾਰੇ ਮਿੱਥੇ ਜਾਵਾਂਗੇ। ਉਹ ਨਰਸ ਦੀਆਂ ਨਾ ਥੋੜੀਆਂ ਉਹ ਮਾਸਪੇਸ਼ੀਆਂ ਜਿਹੀਆਂ ਖਿੱਚੀਆਂ ਗਈਆਂ ਸੀ, ਮੈਂ ਮਸਾਜ ਕਰਦਾ ਵੈਸੇ। ਡਾਕਟਰ ਸਾਹਿਬ ਤੁਸੀਂ ਮਸਾਜ ਵੀ ਕਰਦੇ ਹੋ? ਮੈਂ ਤਾਂ ਸੁਣਿਆ ਤੁਸੀਂ ਦਿਲਾਂ ਦੇ ਸਪੈਸ਼ਲਿਸਟ ਹੋ। ਉਹ ਨਹੀਂ ਨਹੀਂ, ਉਹ ਤੁਸੀਂ ਸੁਣਿਆ ਨੀ ਜਿੱਦਾਂ ਦਿਲਾਂ ਦਾ ਰਸਤਾ ਪੇਟ ਤਾਂ ਨਹੀਂ ਜਾਂਦਾ, ਇੱਦਾਂ ਹੀ ਪੇਟ ਦਾ ਰਸਤਾ ਹੱਥਾਂ ਦਾ ਨਹੀਂ ਜਾਂਦਾ। ਉਹੀ ਉਹੀ ਕੰਮ ਦੱਸੋ। ਡਾਕਟਰ ਸਾਹਿਬ ਇਹ ਮੇਰੇ ਹਸਬੈਂਡ ਨੇ ਤੇ ਇਹ ਮੇਰੇ ਵੱਲ ਬਿਲਕੁਲ ਧਿਆਨ ਨਹੀਂ ਦਿੰਦੇ। ਨਾ ਫੇਰ ਉਹੀ ਗੱਲ, ਨਾ ਮੈਂ ਤੇਰੇ ਤੇ ਕਦੋਂ ਧਿਆਨ ਨਹੀਂ ਦਿੱਤਾ? ਓਏ ਹੁਣ ਸਾਰਾ ਦਿਨ ਤੇਰੇ ਪਿੱਛੇ ਪਿੱਛੇ ਫਿਰੀ ਜਾਵਾਂ? ਮੈਂ ਬੰਦਾ ਹਾਂ, ਕੋਈ ਸੀਸੀਟੀਵੀ ਕੈਮਰਾ ਨਹੀਂਗਾ? ਦੱਸੋ ਡਾਕਟਰ ਸਾਹਿਬ। ਭਾਜੀ ਠੰਡੇ ਹੋ ਜਾਓ, ਠੰਡੇ ਹੋ ਜਾਓ, ਇੰਨਾ ਗੁੱਸਾ ਕਰੀ ਜਾਂਦੇ ਪਏ। ਓਏ ਉਹ ਮੈਂ ਕਦੋਂ ਕੀਤਾ ਡਾਕਟਰ ਗੁੱਸਾ? ਨਾ ਦੱਸੋ ਮੇਰੇ ਜੀ, ਮੈਂ ਕਦੋਂ ਗੁੱਸਾ ਕੀਤਾ? ਨਹੀਂ ਜੀ, डॉक्टर वर्गा सी, जे हुण मैनूं मौत पई इहदे विच मेरा की कसूर है? दसो डॉक्टर साहब। ओ भाजी ठंडे हो जाओ, तुहानूं दौरा पै गया, क्रेन बुलानी पै जाणी अस्पताल च। कोई नहीं, हॉस्पिटल च ने, दौरा पै गया तां वी कोई चक्कर नहीं। ਉਹ ਸੁਨਾਲੀ, ਤੂੰ ਹਸਪੀਟਲ ਦੀ ਕਮਾਈ ਦਾ ਕਿੰਨਾ ਧਿਆਨ ਰੱਖਦੀ, ਸੋ ਸਵੀਟ। ਡਾਕਟਰ ਸਾਹਿਬ। ਹਾਂਜੀ। ਜਰਾ ਨਰਸ ਵੱਲੋਂ ਧਿਆਨ ਹਟਾ ਕੇ ਮੇਰੀ ਗੱਲ ਵੱਲ ਧਿਆਨ ਦੋਗੇ? ਓਕੇ। ਫਾਊਂਡੇਸ਼ਨ ਹੀ ਬਹੁਤ ਵਧੀਆ ਲਾਇਆ ਹੋਇਆ ਤੁਸੀਂ। ਡਾਕਟਰ ਸਾਹਿਬ ਮੈਂ ਇਸ ਗੱਲ ਦੀ ਗੱਲ ਨਹੀਂ ਕਰ ਰਹੀ ਹਾਂ, ਮੈਂ ਮੇਰੀ ਗੱਲ ਦੀ ਗੱਲ ਕਰ ਰਹੀ ਹਾਂ ਕਿ ਮੇਰੇ ਹਸਬੈਂਡ ਹੁਣ ਮੇਰੇ ਵੱਲ ਕੋਈ ਧਿਆਨ ਨਹੀਂ ਦਿੰਦੇ, ਨਾ ਮੇਰੀ ਕੋਈ ਕੇਅਰ ਕਰਦੇ ਨੇ। ਤੂੰ ਤਾਂ ਸਾਡੀ ਕੇਅਰ ਨਹੀਂ ਕਰਦਾ, ਟਾਈਮ ਸਪੇਅਰ ਨਹੀਂ ਕਰਦਾ, ਇਸ ਮੈਂ ਰਾਈਟ? ਓਏ ਡਾਕਟਰ, ਉਹ ਮੇਰਾ ਗੁੱਸਾ ਬਹੁਤ ਭੈੜਾ, ਮੈਂ ਤੁਹਾਡੀ ਸਾਰੇ ਦੀ ਕੇਅਰ ਕਰਦਾ ਨਹੀਂ ਹਾਂ, ਬਚ ਜਾਓ ਮੇਥੋਂ, ਮੈਂ ਤੁਹਾਨੂੰ ਦੱਸਦਾ ਮੈਂ। ਓ ਭਾਜੀ ਠੰਡੇ ਹੋ ਜਾਓ, ਠੰਡੇ ਹੋ ਜਾਓ। ਠੰਡੇ ਹੁਣ ਨੂੰ ਮੈਂ ਫ੍ਰਿਜ 'ਚ ਲੱਗ ਜਾ, ਦੱਸ ਮੈਨੂੰ ਹੈ ਐਡਾ ਸਾਈਜ਼ ਹੈਗਾ ਤੇਰੇ ਕੋਲ? ਓਏ ਉਹ ਤੂੰ ਮੈਨੂੰ ਕਿੱਥੇ ਪਾਗਲਾਂ ਦੇ ਡਾਕਟਰ ਕੋਲ ਲੈ ਆਈ? ਨਹੀਂ ਨਹੀਂ, ਇਹ ਪਾਗਲਾਂ ਦੇ ਨਹੀਂ ਜੀ, ਇਹ ਤਾਂ ਦਿਲ ਦੇ ਡਾਕਟਰ ਹੈ। ਓਏ ਮੈਂ ਉਹੀ ਤਾਂ ਕਹਿ ਰਿਹਾ, ਇਹ ਪਾਗਲਾਂ ਡਾਕਟਰ ਨਹੀਂ, ਮੈਨੂੰ ਤਾਂ ਸਾਰਾ ਡਾਕਟਰ ਹੀ ਪਾਗਲ ਲੱਗੀ ਜਾਂਦਾ। ਇਹ ਅਸਲ 'ਚ ਬਹੁਤ ਹੀ ਭਿਆਨਕ ਅਤੇ ਭਾਰੀ ਬਿਮਾਰੀ। ਚਲੋ ਤੁਹਾਡਾ ਇਲਾਜ ਕਰੀ। ਮੈਂ ਨਹੀਂ ਕੋਈ ਇਲਾਜ ਯੂਜ਼ ਕਰਾਉਣਾ, ਕਿੱਥੇ ਲੈ ਕੇ ਜਾਣਾ ਮੈਨੂੰ? ਮੈਂ ਨਹੀਂ ਕਰਾਉਂਦਾ, ਤੂੰ ਤਾਂ ਇਲਾਜ ਦੱਸਦਾ ਮੈਂ ਤੈਨੂੰ। ਇਲਾਜ ਨਹੀਂ, ਤੁਹਾਡੀ ਸੇਵਾ ਕਰੀਏ, ਸੇਵਾ ਦਾ ਮੌਕਾ। ਸੇਵਾ ਕਰੋਗੇ ਫਿਰ ਠੀਕ ਹੈ। आपके लिए
I love you, baby. I love you. ओए एक मिनट भरावा। वो हस्ताल की प्रॉपर्टी यार कमाल है। अदा प्यार माय बेबी। डॉक्टर साहब, तुसी कोई साधु संत हो? ओ नहीं नहीं जी, मैं ते शहर दा ईमानदार इज्जतदार बंदा। चल झूठ। नहीं नहीं, तुसी कोई तो जादू टोना कीता। ए ते जमे ही बदल गए। बेबी, मैं ना तुहानू एक बार हग करना। हुणे ते कीती सी। बेबी, ओनू 1 मिनट 33 सेकंड हो चुके ने। जे तुसी मेरे नाल हग ना कीती ना, तां मैं एसी हॉस्पिटल दी 5वीं मंजल ते छाल मार के मर जाना। मैं सुसाइड कर देना, मैं दसदा तुहानू। डॉक्टर साहब, अपने घर वाले पैर पानी नहीं पैन देंगे। डॉक्टर साहब, कैची है मैनू लगता पाजी तुसी ना वकील वाला केस डॉक्टर को लेके आ गए। जिंदगी ਉਹ ਐਕਚੁਅਲੀ ਉਹ ਬਜ਼ੁਰਗ ਬੰਦਾ ਜੀ, ਕਹਿੰਦਾ ਮੇਰਾ ਜੀ ਨੂੰ ਜੀ ਨਹੀਂ ਕਰਦਾ। ਮੈਂ ਕਿਹਾ ਫਿਰ ਮਰ ਕੇ ਦੇਖ ਲਓ। ਉਹ ਮਰ ਗਿਆ, ਵਧੀਆ ਜੀ ਲੱਗਾ ਹੋਇਆ ਉਹਦਾ। ਇਹ ਉਹਨੇ ਤੁਹਾਨੂੰ ਆਪ ਦੱਸਿਆ ਜੀ? ਨਹੀਂ, ਉਹ ਦੱਸਣ ਜੋਗਾ ਤਾਂ ਰਿਹਾ ਹੀ ਨਹੀਂ ਨਾ। ਡਾਕਟਰ ਸਾਹਿਬ, ਮੇਰਾ ਨਾ ਜ਼ਿੰਦਗੀ ਤੋਂ ਮਨ ਨਹੀਂ ਭਰਿਆ, ਪਰ ਮੇਰਾ ਨਾ ਇਹਨਾਂ ਤੋਂ ਵੀ ਮਨ ਨਹੀਂ ਭਰਿਆ। ਮੈਂ ਤਾਂ ਬਸ ਇੰਨਾ ਹੀ ਚਾਹੁੰਦਾ ਕਿ ਇਹਨਾਂ ਨੂੰ ਨਾ ਥੋੜ੍ਹਾ ਜਿਹਾ ਆਗਿਆਕਾਰੀ, ਨਹੀਂ ਆਗਿਆਕਾਰੀ ਤਾਂ ਇਹ ਹੈ, ਬਸ ਇਹਨਾਂ ਨੂੰ ਮੈਂ ਚਾਹੁੰਦਾ ਕਿ ਇਹ ਮੇਰੀ ਨਾ ਥੋੜ੍ਹੀਆਂ ਥੋੜ੍ਹੀਆਂ ਗੱਲਾਂ ਸੁਣ ਲਿਆ ਕਰ। ਲੈ ਹੱਦ ਹੋ ਗਈ, ਹੁਣ ਤੱਕ ਮੈਂ ਇਹਦੀਆਂ ਹੀ ਸੁਣ ਰਹੀ ਸੀ। ਕਿਉਂ ਭੈਣ ਜੀ? ਇੱਕ ਮਿੰਟ ਭੈਣ ਜੀ, ਜਾਂ ਤਾਂ ਤੁਸੀਂ ਮੈਨੂੰ ਵੀਰ ਜੀ ਕਹਿ ਲਓ, ਜਾਂ ਇਹਨਾਂ ਨੂੰ ਭੈਣ ਜੀ ਕਹਿ ਲਓ। ਆਪਦੇ ਚੱਕਰ 'ਚ ਸਾਡਾ ਰਿਸ਼ਤਾ ਨਾ ਖਰਾਬ ਕਰੋ। ਸੁਣ ਤਾਂ ਰਹੇ ਨੇ ਭੈਣ ਜੀ ਤੁਹਾਡੀਆਂ ਸਾਰੀਆਂ। ਉਹ ਇੱਥੇ ਸੁਣ ਰਹੇ ਨੇ, ਉਹ ਵੀ ਤਾਂ ਕਰਕੇ ਕਿਉਂਕਿ ਨਾ ਇਹਨਾਂ ਨੇ ਮੇਰੇ ਕੋਲ ਪ੍ਰੋਮਿਸ ਲਿਆ ਸੀ ਕਿ ਮੈਂ ਨਾ ਆਪਣੇ ਪਿਆਰੇ ਪਿਆਰੇ ਹੱਥਾਂ ਨਾਲ ਇਹਨਾਂ ਲਈ ਖੀਰ ਬਣਾਵਾਂਗਾ। ਖੀਰ ਤੁਸੀਂ ਬਣਾਓਗੇ? ਲੈ ਸਰ, ਖੀਰ ਦੀ ਕੀ ਗੱਲ ਕਰਦੇ ਹੋ, ਮੈਂ ਤਾਂ ਤੁਸੀਂ ਜੋ ਮਰਜ਼ੀ ਕਹੋ ਸਭ ਬਣਾ ਕੇ ਦਿੰਦਾ। ਰਾਜਮਾਂਹ ਚਾਵਲ, ਕੜੀ ਚਾਵਲ, ਚਿਕਨ ਪਨੀਰ, ਜੋ ਮਰਜ਼ੀ ਕਹੋ, ਜਿਹੜਾ ਮਰਜ਼ੀ ਨਾਮ ਲਓ, ਮੈਂ ਸਾਰਾ ਕੁਛ ਇਹਨਾਂ ਨੂੰ ਬਣਾ ਕੇ ਦਿੰਦਾ। ਨਾ ਤੇਰਾ ਕਹਿੰਦਾ ਕੀ ਮਤਲਬ ਹੈ? ਮੈਂ ਕੁਛ ਨਹੀਂ ਬਣਾਉਂਦੀ। ਨਹੀਂ ਨਹੀਂ, ਤੁਸੀਂ ਬਣਾਉਂਦੇ ਹੋ ਨਾ ਮੇਰੀ ਰੇਲ। ਡਾਕਟਰ ਸਾਹਿਬ, ਭਾਂਡੇ ਧੋਣ ਤੋਂ ਲੈ ਕੇ ਫਰਸ਼ ਚਮਕਾਉਣ ਤੱਕ ਸਾਰਾ ਕੰਮ ਮੈਂ ਹੀ ਕਰਦਾ ਡਾਕਟਰ ਸਾਹਿਬ। ਹਾਂਜੀ, ਫਿਰ ਮੈਡਮ ਤਾਂ ਜੌਬ ਕਰਦੇ ਹੋਣੇ ਨਾ? ਉਹ ਨਾ ਨਾ, ਮੈਨੂੰ ਕੀ ਲੋੜ ਹੈ ਜੌਬ ਕਰਨ ਦੀ। ਡਾਕਟਰ ਸਾਹਿਬ, ਮੇਰੇ ਘਰ ਦੇ ਕਹਿੰਦੇ ਸੀ ਵਿਆਹ ਕਰਾ ਲੈ, ਤੇਰੇ ਘਰ 'ਚ ਨਾ ਚਾਨਣ ਹੋ ਜੂਗਾ। ਪਰ ਜਿੱਦਣ ਦੀ ਆ ਚੁੜੇਲ ਚੁੜੇਲਾਂ ਵਰਗੀ ਪਰੀ, ਇਹ ਪਰੀਆਂ ਵਰਗੀ ਚੁੜੇਲ। ਡਾਕਟਰ ਸਾਹਿਬ, ਮੇਰੀ ਨਾ ਵਰਡ 'ਤੇ ਨਾ ਜਾਓ, ਮੇਰੀ ਫੀਲਿੰਗ ਨੂੰ ਸਮਝੋ। ਡਾਕਟਰ ਸਾਹਿਬ, ਇਸ ਦੁਨੀਆਂ 'ਤੇ ਨਾ ਔਰਤਾਂ ਨਾਲ ਸ਼ੁਰੂ ਤੋਂ ਹੀ ਧੱਕਾਮਦਾਰ, ਨਾ ਮਾੜਾ ਮੋਟਾ ਧੱਕਾ ਮਰਦ ਨਾਲ ਹੋ ਗਿਆ, ਕੋਈ ਦਿੱਕਤ ਹੈ ਨਾ ਦੱਸੋ, ਕੋਈ ਦਿੱਕਤ ਹੈ? ਹਾਂਜੀ, ਚੱਲੂਗਾ ਜੀ। ਬਸ ਫਿਰ ਹੁਣ ਮੈਂ ਤੁਹਾਨੂੰ ਮੇਰੀ ਬੇਬੇ ਦੀ ਗੱਲ ਦੱਸਦੀ, ਸੁਣੋ ਧਿਆਨ ਨਾਲ। ਉਹ ਹਲੇ ਜੀ ਨਾ ਮੇਰੇ ਬਾਪੂ ਜੀ ਨੇ ਆਪਦੇ ਹੱਥਾਂ ਨਾਲ ਨਵਾਉਂਦੇ ਨੇ। ਡਾਕਟਰ ਸਾਹਿਬ, ਉਹ ਤਾਂ ਨਵਾਉਂਦੇ ਨੇ ਕਿਉਂਕਿ ਇਹਦਾ ਬਾਪੂ 2-2 ਮਹੀਨੇ ਨਹਾਉਂਦਾ ਨਹੀਂ ਹੈ। ਇਹਦੀ ਮੰਮੀ ਨਾ ਮਲ ਮਲ ਕੇ ਨਹਾਉਂਦੀ ਇਹਦੇ ਬਾਪੂ ਨੂੰ। ਛੋਟੇ ਵੀਰ, ਹਾਲਤ ਤੇਰੀ ਬੜੀ ਤਰਸੀ ਹੋ ਗਿਆ, ਕੀ ਚਾਹੁੰਦੇ ਤੁਸੀਂ? ਡਾਕਟਰ ਸਾਹਿਬ, ਮੈਂ ਤਾਂ ਬਸ ਇੰਨਾ ਕੀ ਚਾਹੁੰਦਾ ਕਿ ਨਾ ਇਹ ਮੇਰੀ ਨਾ ਥੋੜ੍ਹੀਆਂ ਨਾ ਗੱਲਾਂ ਮੰਨੀਆਂ ਸ਼ੁਰੂ ਕਰ ਦਿੰਦਾ। ਵੱਡੇ ਮਹਾਰਾਜੇ ਪਟਿਆਲੇ ਦੀਆਂ। ਭੈਣ ਜੀ, ਤੂੰ ਚੁੱਪ ਕਰ ਕੇ, ਵੱਡਾ ਵਕੀਲ ਲੱਗਦਾ ਭੈਣ ਜੀ ਦਾ।
सोनाली मैडम दी ट्रीटमेंट शुरू करो। खर्चा नहीं सोनाली, मेरे नेड़े ना लगी, तेरी अमता बच्चा आगे लता ना, मैं बचाऊ छाल दू, दूर है मेरे तो। ओ बहन जी, ये तो फेशियल पेडीक्योर मैनीक्योर पैम्परिंग। ओके ओके हां जी हां जी। सोनाली खराब तेरे को और लगा था दूर। भैन जी बहुत टाइम हो गया, मैं थोड़ा जा जाके देखा वा। नहीं तुसी टेंशन ना लो, डॉक्टर साहब है ना, थाडी जसमीत नु बिल्कुल ठीक कर देंगे। ओ नहीं नहीं जी, मेनू जसमीत दी टेंशन घट, डॉक्टर साहब दी टेंशन ज्यादा हो रही है। पोछा लगाई ले, पोछा लगाई ले सरफ से पिया, सरफ में बड़ी जग है। साहब जी कहां पोछा लगाए? डॉक्टर साहब ये हिंदी क्यों बोल रही है? हिंदी छोड़ो, तुसी ये देखो तुम इज्जत कितनी दे रहे हो। साहब जी क्या खाएंगे, क्या बनू आपके लिए? ना पैर छोड़ी दर्द हो रही है। हाय दया, अरे साहब जी बैठिए बैठिए, तने बैठिए, कहां होएगा, कहां है, अपना ध्यान नहीं रखते हैं। डॉक्टर साहब ने मेरे पैर तोड़ देने। ओ नहीं नहीं इधर तो कुछ नहीं, मजे लो एंजॉय करो, इधर कुछ नहीं होएगा। डॉक्टर साहब किसी ने केड़ी जड़ी बूटी सुनवाई है, ये एवें इना किदा बदल गई? क्योंकि ना दिल बदल गए, असी इना दा दिल कढ़ के कम वाली दा दिल आ, हुण तुहाडी सेवा करना ये अपना फर्ज है। बस सैलरी टाइम सिर मिल जानी चाहिए। आपके चमचे को चक्के भी ले जाने घर चक के लिए प्यार होना चाहिए। सर ये ना लास्ट केस की फाइल है। हाय मिस सोनाली। ओ मैडम हौली हौली चली दा, चंगी नहीं निकाली, नाले तुसी जो गल करनी मेरे ना करो, की बीमारी है, मेरा मतलब की प्रॉब्लम है? प्रॉब्लम सर यही है, ये मेरा बॉयफ्रेंड है। ओ अच्छा जी, जेड़े हिसाब नाल मेरी नर्स ते टुटिया ना, मैनू लगदा नहीं इहनू कदी बॉयफ्रेंड बनन दा मौका मिले। यही तो दुख है जी, ये किसी एक ते टिकदा ही नहीं, कदे इस फूल ते कदे उस फूल ते। यार मेरा तितलियां वर्गा, नाइस सॉन्ग, बट ए मेनू तितली घट ते पूण ज्यादा लग रहा है। यार एडी सोहनी तेरी गर्लफ्रेंड, तू फिर बार बू मारदा? जेड़े हिसाब नाल तुसी डॉक्टर हो, घर वाली तां थोड़ी भी सोहनी हो, बोलदे नहीं हुण। इत्थे इलाज तेरा चल रहा है, मेरा नहीं। सोनाली बैंडेड लाओ दे। पर सर सट तां इहदे किते लगी नहीं। इहदे मूंह ते लाओ, खामा का बदनामी कर रहा है, शहरदारी नाम की कोई चीज होती। सर ये मुंह पे बैंडेज पूरी नहीं आनी। सर तुझे डॉक्टर टेप क्यों नहीं यूज कर दे? वो तो फिर जाके लेनी पड़ेगी। मोटरसाइकिल चाबी किधर सुनाई? सर तुसे गड्डी ते आए हो। स्मार्ट, आई फॉरगॉट। सर तुहाडे कोल डॉक्टर होके डॉक्टर टेप ही नहीं हैगी। ओ अच्छा जी, उस हिसाब नाल ते मैनू फिर डॉक्टर फिक्स्ड भी रखनी चाहिए है, ओदे अगे भी डॉक्टर लगदा ना। मैडम दा मेनू पता नहीं, जिन्ना तू हल्का फिरदा ना मेनू डर लगन दिया तेरे नाल जान नू। चलो चलो की होया? वफादार
और जो पसंद आई है इस वीडियो नू लाइक करो, कमेंट करो, शेयर करो एंड सब्सक्राइब टू लाइक।